ਚੰਡੀਗੜ੍ਹ ਦੇ ਰਾਮ ਦਰਬਾਰ ਦਾ ਹਾਥੀ ਪਾਰਕ ਹੁਣ ਗੁੰਡਾਗਰਦੀ ਦਾ ਕੇਂਦਰ ਬਣ ਚੁੱਕਿਆ। ਹਾਲ ਹੀ ਵਿਚ ਕਰਵਾ ਚੌਥ ਦੇ ਦਿਨ ਇੱਥੇ ਚਾਕੂਆਂ ਦੇ ਨਾਲ ਹੋਏ ਹਮਲੇ ਦੇ ਵਿਚ ਦੋ ਲੋਕ ਗੰਭੀਰ ਰੂਪ ਦੇ ਵਿਚ ਜ਼ਖਮੀ ਹੋ ਗਏ। ਇਸ ਦੇ ਵਿਚ ਇਕ ਨੂੰ ਸੈਕਟਰ 32 ਦੇ GMCH ਚ ਅਤੇ ਦੂਸਰੇ ਨੂੰ PGI ਦੇ ਵਿਚ ਭਰਤੀ ਕਰਵਾਇਆ ਗਿਆ। ਸਥਾਨਕ ਲੋਕ ਡਰ ਦੇ ਮਾਹੌਲ ਦੇ ਵਿਚ ਜੀ ਰਹੇ ਨੇ ਕਿਉਂਕਿ ਇੱਥੇ ਆਏ ਦਿਨ ਹੀ ਖੂਨ ਖਰਾਬਾ ਹੋ ਰਿਹਾ। ਐਤਵਾਰ ਸ਼ਾਮ ਨੂੰ ਦੋ ਗੁੱਟਾਂ ਦੇ ਵਿਚਕਾਰ ਚਾਕੂਆਂ ਦੇ ਨਾਲ ਲੜਾਈ ਹੋਈ ਤੇ ਜਿਸ ਤੋਂ ਬਾਅਦ ਪੁਲਿਸ ਨੇ ਦੋਨਾਂ ਪੱਖਾਂ ਦੇ ਉਪਰ ਕ੍ਰਾਸ FIR ਦਰਜ ਕੀਤੀ ਹੈ ਤੇ ਮੁਲਜ਼ਮਾਂ ਦੀ ਭਾਲ ਦੇ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਥੇ ਹੀ ਫਿਜ਼ਿਕ ਰਾਮ ਦਰਬਾਰ ਦੇ ਹਰਸ਼ ਨੇ ਸ਼ਿਕਾਇਤ ਕੀਤੀ ਹੈ ਕਿ ਕੁਝ ਨੌਜਵਾਨਾਂ ਦੇ ਵੱਲੋਂ ਵੰਸ਼ਨਾਪਕ ਨੌਜਵਾਨ ਦੇ ਉਪਰ ਚਾਕੂ ਦੇ ਨਾਲ ਹਮਲਾ ਕੀਤਾ ਗਿਆ। ਉਥੇ ਹੀ ਸਾਹਿਲ ਨੇ ਵੀ ਸ਼ਿਕਾਇਤ ਦਰਜ ਕਰਵਾਈ ਹੈ ਕਿ ਵਰਚੂ ਅਤੇ ਵਿਕਰਮ ਨੇ ਉਸ ਦੇ ਉਪਰ ਹਮਲਾ ਕੀਤਾ। ਦੋਨਾਂ ਮਾਮਲਿਆਂ ਦੇ ਵਿਚ ਪੁਲਿਸ ਨੇ ਕੇਸ ਦਰਜ ਕਰ ਲਿਆ ਤੇ ਇਸ ਘਟਨਾ ਦੀ CCTV ਫੁਟੇਜ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਇੱਟਾਂ ਅਤੇ ਚਾਕੂ ਲੈ ਕੇ ਇਕ ਦੂਸਰੇ ਦੇ ਉਪਰ ਹਮਲਾ ਕਰਦੇ ਹੋਏ ਦਿਖਾਈ ਦੇ ਰਹੇ ਨੇ। ਜਿਸ ਦੇ ਚਲਦੇ ਇਲਾਕੇ ਦੇ ਵਿਚ ਦਹਿਸ਼ਤ ਤੋਂ ਬਾਅਦ ਕਰਵਾ ਚੌਥ ਅਤੇ ਹੁਣ ਦੀਵਾਲੀ ਤੇ ਵੀ ਕਿਸੇ ਵੱਡੀ ਘਟਨਾ ਦਾ ਡਰ ਬਣਿਆ ਹੋਇਆ। ਫਿਲਹਾਲ ਪੁਲਿਸ ਦੇ ਵੱਲੋਂ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਜਗਬਾਣੀ TV ਦੇ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ।